वाहिगुरु जी का खालसा, वाहिगुरु जी की फतेह। ये बच्चा जिन्हें दोनों बाहां नहीं हैगियां तुसी देख रहे हो, इस बच्चे दी पूरी वीडियो नू देखियो भी ते कोई असीस दियो तां जो इस बच्चे दी आने वाली जिंदगी दोनों बाहां दे नाल बतीत होवे। इहदे बच्चे दे हुण बाहां लगाईयां जाणियां इलैक्ट्रॉनिक आर्म्स, जिहदे नाल इह बच्चा एक चंगा जीवन बतीत कर सकता। इस बच्चे लिए जरूर वीडियो में शेयर करो प्लीज। सच्चे पातशाह वाहिगुरु अल्लाह राम भगवान उन्होंने सारे के चरणों अरदास करो भी ये बच्चे दियाँ आने वाली जिंदगी दियाँ खुशियां सच्चे पातशाह बख्शन। बेटे नु करंट लग गया सी, ये शॉप सी, शॉप के ऊपर चढ़ गया सी, दोनों हाथों ना लैमन के वेस सी उन्हें पकड़ दिता सी। उदो 7.5 साल का सी, 29 मार्च 2019 नु होया सी। मतलब चल गईयां सी, फिर डॉक्टर ने कहा भी मतलब डैम 2019 ਨੂੰ ਇਹ ਬੱਚਾ ਆਪਣੀ ਛਾਤੀ 'ਤੇ ਚੜਿਆ ਆਇਆ ਸੀ ਅਤੇ ਜਦੋਂ ਛਾਤੀ 'ਤੇ ਚੜਿਆ ਸੀ ਤਾਂ ਉੱਥੇ ਤਾਰਾਂ ਦਾ ਕਰੰਟ ਹੈਗਾ ਸੀ ਅਤੇ ਇਹਨੇ ਬੱਚਾ ਸੀ ਉਦੋਂ ਛੋਟਾ ਸੀ, ਦੋਨੋਂ ਤਾਰਾਂ ਨੇ ਹੱਥ ਫੜ ਲਈਆਂ ਜਿਸ ਕਰਕੇ ਇਹ ਉਦੋਂ ਐਟ ਸਪੋਰਟ ਦਾ ਬੇਹੋਸ਼ ਹੋ ਗਿਆ। ਲੇਕਿਨ ਜਦੋਂ ਅਸੀਂ ਇਹਨੂੰ ਡਾਕਟਰ ਨੂੰ ਵਿਖਾਇਆ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦੀਆਂ ਦੋਨੋਂ ਬਾਹਾਂ ਵੱਢਣੀਆਂ ਪੈਣੀਆਂ ਅਤੇ ਫਿਰ ਉਸ ਤੋਂ ਬਾਅਦ ਇਹਨਾਂ ਦੋਨੋਂ ਬਾਹਾਂ ਵੱਢੀਆਂ ਅਤੇ ਹੁਣ ਇਹ ਬੱਚਾ ਪੈਰਾਂ ਨਾਲ ਹੀ ਲਿਖਦਾ, ਜੇ ਕੁਛ ਲਿਖਣਾ ਹੋਏ ਖਾਂਦਾ ਵੀ ਚਮਚਾ, ਜੇ ਚਾਵਲ ਵਗੈਰਾ ਖਾਣੇ ਹੋਣ ਉਹ ਵੀ ਪੈਰਾਂ ਨਾਲ ਖਾਂਦਾ। ਅਤੇ ਸਕੂਲ 'ਚ ਤਾਂ ਪੜ੍ਹਦਾ ਬੱਚਾ, ਪਰ ਸਾਨੂੰ ਇਹ ਕਿਹਾ ਕਿ ਹੁਣ ਬੱਚੇ ਲਈ ਅਸੀਂ ਕੋਸ਼ਿਸ਼ ਕਰੀਏ ਕਿ ਬੱਚੇ ਦੇ ਹੱਥ ਲਵਾਈਏ। ਅਤੇ ਅੱਜ ਅਸੀਂ ਲੁਧਿਆਣੇ ਜਾ ਕੇ ਬੱਚੇ ਦਾ ਐਸਟੀਮੇਟ ਲਿੱਤਾ ਅਤੇ ਉੱਥੇ ਬੱਚੇ ਦੇ ਮਤਲਬ ਇੱਕ ਵਾਂਝਾ ਨਾ ਹੋ ਸਕੇ ਕਿ ਬੱਚਾ ਵੀ ਬੜਾ ਕੁਝ ਕਰ ਸਕਦਾ। ਕੀ ਨਾਮ ਪੁੱਤਰ? ਤਾਨੁਸ਼। ਹੈ? ਤਾਨੁਸ਼। ਤਾਨੁਸ਼, ਤਾਨੁਸ਼ ਕੀ ਬਣਨਾ ਵੱਡਾ ਹੋ ਗਿਆ? ਆਫੀਸਰ। ਆਫੀਸਰ ਬਣਨਾ? ਫਿਰੋਜ਼ਪੁਰ ਤੋਂ ਆਉਂਦੇ ਸੀ? ਹਾਂਜੀ ਹਾਂਜੀ। ਬੜਾ ਜਜ਼ਬਾ ਸਰ, ਪੈਰ ਵਿੱਚ ਰੋਟੀ ਕੇ ਪੈਰ ਨਾਲ ਰੋਟੀ ਖਾਣਾ ਹੈ? ਨਹੀਂ, ਰੋਟੀ ਅਸੀਂ ਖਾਣੇ, ਚਾਵਲ ਖਾ ਲੈਂਦੇ ਪੈਰ ਚਮਚ ਨਾਲ। ਚਮਚ ਨਾਲ? ਹਾਂਜੀ ਹਾਂਜੀ। ਤੇ ਲਿਖਦਾ ਪੁੱਤ ਫਿਰ? ਪੈਰ ਪੈਰ ਨਾਲ। ਕਿਹੜੀ ਕਲਾਸ ਚ ਆਂ ਤੂੰ? 7th ਕਲਾਸ। ਦੂਸਰੇ ਬੱਚਿਆਂ ਤੋਂ ਘੱਟ ਆਂ ਤੂੰ? ਦੂਸਰੇ ਬੱਚਿਆਂ ਤੋਂ ਤੂੰ ਐਂ ਲੱਗਦਾ ਤੂੰ ਕਮਜ਼ੋਰ ਆ ਤੂੰ ਕਿਸੇ ਗੱਲੋਂ? ਬਸ ਇਹੀ ਚੀਜ਼ ਹੈ, ਤਾਂ ਹੀ ਆਫੀਸਰ ਬਣੇਗਾ ਤੂੰ। ਤਾਂ ਹੀ ਆਫੀਸਰ ਬਣੇਗਾ ਜੇ ਤੂੰ ਕਿਸੇ ਤੋਂ ਨੀਵਾਂ ਨਹੀਂ ਸਮਝਣਾ ਆਪਣੇ ਆਪ ਨੂੰ, ਤੂੰ ਸਟਰੋਂਗ ਆ। ਕਿੰਨੇ ਭੈਣ ਭਰਾ ਨੇ? ਬੱਚੇ ਦੀਆਂ ਦੋਨੋਂ ਬਾਹਾਂ ਨਹੀਂ ਹੈਗੀਆਂ, ਮਾਂ ਬਾਪ ਵੀ ਇੰਨੇ ਕਾਬਲ ਨਹੀਂ ਹੈਗੇ ਵੀ ਬੱਚੇ ਨੂੰ ਇਹਦੀਆਂ ਬਾਹਾਂ ਦੇ ਸਕਣ। ਪਰ ਇਹ ਗੱਲ ਪੱਕੀ ਹੈ ਜੇ ਮਾਂ ਬਾਪ ਕੋਲ ਇੰਨੇ ਪੈਸੇ ਹੁੰਦੇ ਤਾਂ ਤਾਨੁਸ਼ ਨੂੰ ਇੰਨਾ ਟਾਈਮ ਵੇਟ ਨਹੀਂ ਸੀ ਕਰਨੀ ਪੈਣੀ। ਅੱਜ 7th ਕਲਾਸ ਪੜ੍ਹਦਾ ਤਾਨੁਸ਼ ਕਹਿੰਦਾ ਮੈਂ ਅਫਸਰ ਬਣਨਾ ਚਾਹੁੰਦਾ। ਆਪਣੇ ਹੱਥ ਨਾ ਹੋਣ ਦੇ ਬਾਵਜੂਦ ਵੀ ਕਿਸੇ ਤੋਂ ਘੱਟ ਨਹੀਂ ਤਾਨੁਸ਼ ਆਪਣੀ ਕਲਾਸ 'ਚ। ਪੈਰਾਂ ਦੇ ਨਾਲ ਲਿਖਦਾ, ਪੈਰਾਂ ਦੇ ਨਾਲ ਹੀ ਚਮਚ ਦੇ ਨਾਲ ਰਾਈਸ ਵੀ ਖਾ ਲੈਂਦਾ, ਬਾਕੀ ਟਾਈਮ ਰੋਟੀ ਪਾਣੀ ਉਹਦੇ ਮਦਰ ਖਵਾਉਂਦੇ ਨੇ। ਫਾਦਰ ਪੱਥਰ ਦਾ ਕੰਮ ਕਰਦੇ ਨੇ, ਲੇਬਰ ਕਲਾਸ ਨੇ। ਸਭ ਤੋਂ ਛੋਟਾ ਵਾ, ਇੱਕ ਭਰਾ ਇਹਦਾ ਵੱਡਾ, ਇੱਕ ਵੱਡੀ ਭੈਣ ਵੀ ਇਹਦੀ। ਅੱਜ ਵੀਰ ਜੀ ਹੁਣੀ ਸਾਡੇ ਕੋਲ ਪਹੁੰਚੇ, ਫਿਰੋਜ਼ਪੁਰ ਤੋਂ ਆਏ ਨੇ। ਫਿਰੋਜ਼ਪੁਰ ਸ਼ਹਿਰ 'ਚ ਕਿੱਥੇ ਰਹਿੰਦੇ? ਆਪਣਾ ਬੱਸ ਸਟੈਂਡ ਦੇ ਕੋਲ। ਬੱਸ ਸਟੈਂਡ ਦੇ ਕੋਲ ਰਹਿੰਦੇ ਨੇ। ਇੱਥੇ ਲੁਧਿਆਣੇ ਇੱਕ ਜਿਹੜੀਆਂ ਇੰਪਲਾਂਟਸ, ਜਿਹੜੀਆਂ ਮਤਲਬ ਕਹਿ ਦਈਏ ਲੱਤਾਂ ਬਾਹਾਂ ਨਹੀਂ ਹੁੰਦੀਆਂ ਜਾਂ ਕਿਸੇ ਦੇ, ਉਹ ਬਣਾਉਂਦੇ ਆ ਨਵਦੀਪ ਹੁਣੀ, ਉਹਨਾਂ ਦੀ ਕੰਪਨੀ ਆ ਵੀਰ, ਉਹਨਾਂ ਦੇ ਉਹ ਸਪਲਾਇਰ ਨੇ। ਉਹ ਕਹਿੰਦੇ ਆ ਵੀਰ ਹੁਣੀ ਵੀ ਇਹਦੀਆਂ ਜੇ ਬਾਹਾਂ ਨਹੀਂ ਹੈਗੀਆਂ ਪਰ ਆਪਾਂ ਆਰਟੀਫਿਸ਼ਲ ਲਿਮਸ ਨੂੰ ਯੂਜ਼ ਕਰਕੇ, ਆ ਜਾ ਇੱਧਰਲੇ ਪਾਸੇ ਆ ਜਾ, ਆਰਟੀਫਿਸ਼ਲ ਲਿਮਸ ਨੂੰ ਯੂਜ਼ ਕਰਕੇ ਇਹਨੂੰ ਬੱਚੇ ਨੂੰ ਇੰਨਾ ਕਾਬਲ ਕਰ ਸਕਦੇ ਹਾਂ ਵੀ ਇਹ ਆਪਣੀ ਆਉਣ ਵਾਲੀ ਜ਼ਿੰਦਗੀ ਜਿਹੜੀ ਹੋਰ ਥੋੜ੍ਹੀ ਸੌਖਿਆ ਬਤੀਤ ਕਰ ਸਕਦੇ, ਅਤੇ ਤਾਂ ਜੋ ਇਹ
एक चंगा जीवन बतीत कर सके। अरदास करियो सब तो पहली गल जिवें वीर हुणी दसदे आ संगत वल्लों ही करीब 1,00,000 रुपया इन्हां कोल इकट्ठा हो गया वा। किन्ना खर्चा दस्सिया जी उन्होंने? 3,00,000 रुपया का खर्चा उन्होंने दस्सिया वा। तो जे कोई भैन भरा तानुष दी आने वाली जिंदगी वास्ते अपना बनता हिस्सा पाना चाहता योगदान पाना चाहता जिदा संगत को पता मनुखता की सेवा परिवार पैसा नहीं लेंगे कैश के रूप से या किसी होर रूप से सिर्फ चीज़ा लिया जा जिते कोई हैल्प की लड़ होंगी सीधी तुम कर सकते हो। इस रूप से तनुष की भी हैल्प तो सीधी करनी है। सीधी मीनस जितों ये बाह लगनी है वो असं तुहानू प्रोवाइड करवा देंगे। वो कंपनी का कॉन्ट्रैक्ट सॉरी कॉन्टैक्ट नंबर ज उन्होंने कोई अकाउंट नंबर तो जो इन्हों का अज ये मेचा देन चले ने अज इन्हों का फाइनल बिल मेचा देन तो बाद बन जूगा जिहड़ा बैलेंस बनता होगा वो जो तुम हिस्सा पाना होगा तो कंपनी का नाम तो कंपनी एड्रैस दे देंगे सीधा सीधा जाके कंपनी को देना किसी ना असी ना किसी होर रूप से ना इन्हों परिवार को सिर्फ तो सिर्फ जो तुम हैल्प करनी है तो उस कंपनी के जाके बच्चे दियां बाहां लग सकन उहदे विच मदद करियो। पर साडी इह बेनती आ तां जो इह जैनुअन प्रॉब्लम आ इह जैनुअन जरूरत आ इहदे विच सानूं उम्मीद नहीं भरोसा उस वाहिगुरू ते वी जरूर भैण भरा अगे आ के तनुष दी हैल्प करनगे। तनुष किसी तो कोई रहम दी जां किसी तो कोई इस तरह हैल्प नहीं मंग रहा वो तो बच्चा कुछ बनना चाहता वो समाज के लिए कुछ चंगा करना चाहता वो कल अफसर बन के समाज में बड़ी वड्डी एक देन होगी। तनुष वर्गे बच्चे भी जी अगे आउण ते अपना फर्ज बनता भी आप साथ देंगे। साढ़े धियां पुत भी इहदी एज दे आ इहदे नाल पढ़दे जिहड़े बच्चे उन्हां दे बराबर हो सके बस इन्नी कि साडिया बेनती है जी। बहुत शुक्रिया जी तुसीं इत्थे आए हो सानू जो भी कोई कॉन्टैक्ट करूगा असीं उहनू तुसीं अज सानू फाइनल करके दस दिओ हाँ जी होके जायो सानू दे के जायो सारी डिटेल ते आपां फिर वो कंपनी का सीधा कॉन्टैक्ट कर दांगे। कोई गल नहीं महाराज मेहर करनगे ते आपां जरूर तनुष जिहड़े पैसे घटदे आपां तो फिक्र नहीं करनी ये कोई आपां किसे तों हैल्प नहीं लैनी तू ओनी हैल्प करनी है लोगों की वड्डा होके करेंगे ना। शाबाश वाहेगुरु जी का खालसा वाहेगुरु जी। तू कुछ कहना तनुष कह दे यार कुछ तां थैंक यू धन्यवाद वीर जी धन्यवाद वीर जी मेरी मदद करन हां जी सत श्री अकाल जी सब नु। ਇਹ ਬੱਚੇ ਨੂੰ 2019 ਚ ਇਲੈਕਟ੍ਰਿਕ ਸ਼ੌਕ ਲੱਗਾ ਸੀ ਜਿਸ ਕਰਕੇ ਇਹਨਾਂ ਦੀਆਂ ਦੋਵਾਂ ਬਾਹਾਂ ਜਿਹੜੀ ਹੈਗੀਆਂ ਸੀ ਉਹ ਚਲੀ ਗਈਆਂ ਸੀ ਤੇ ਸਾਨੂੰ ਪਿਛਲੇ 3-4 ਮਹੀਨੇ ਤੋਂ ਪਤਾ ਲੱਗਾ ਤੇ ਸਾਡੀ ਬੜੀ ਕੋਸ਼ਿਸ਼ ਸੀ ਬਸ ਅਸੀਂ ਅੱਜ ਆਉਂਦੇ ਹਾਂ ਕੱਲ੍ਹ ਆਉਂਦੇ ਅੱਜ ਆਉਂਦੇ ਹਾਂ ਕੱਲ੍ਹ ਆਉਣੇ ਦੇ ਚੱਕਰ 'ਚ ਰਹਿ ਗਏ ਫਿਰ ਕੱਲ੍ਹ ਮਨ ਬਣਾ ਕੇ ਅਸੀਂ ਅੱਜ ਆਏ ਹਾਂ ਤੇ ਸਭ ਤੋਂ ਪਹਿਲੇ ਅਸੀਂ ਮਨੁੱਖਤਾ ਕੀ ਸੇਵਾ ਗੁਰਪ੍ਰੀਤ ਭਾਜੀ ਕੋਲ ਆਏ ਹਾਂ ਤੇ ਸਾਨੂੰ ਇਹ ਕਿ ਇੱਥੋਂ ਸਾਨੂੰ ਜਿੰਨੀ ਮਦਦ ਮਿਲ ਸਕਦੀ ਹੋਰ ਸਾਨੂੰ ਕਿਤੋਂ ਮਦਦ ਨਹੀਂ ਮਿਲ ਸਕਦੀ ਤੇ ਅੱਜ ਅਸੀਂ ਤਨੀਸ਼ੀ ਦਾ ਜਾ ਕੇ ਐਸਟੀਮੇਟ ਲਵਾਂਗੇ ਕਿ ਡਾਕਟਰ ਸਾਹਿਬ ਕਿੰਨਾ ਦਾ ਐਸਟੀਮੇਟ ਦਿੰਦੇ ਆ ਤੇ ਵਾਪਸੀ ਦੀ ਆ ਕੇ ਅਸੀਂ ਭਾਜੀ ਨੂੰ ਦੇਵਾਂਗੇ। ਕੁਛ ਪੈਸੇ ਅਸੀਂ ਇਕੱਠੇ ਕੀਤੇ ਹੋਏ ਨੇ ਰਲ ਮਿਲ ਕੇ ਬੱਚੇ ਦਾ ਹੋਣਾ ਸਾਰਾ ਸਿਸਟਮ ਬੱਚਾ ਹੁਣ ਆਪਣੇ ਪੈਰਾਂ ਨਾਲ ਹੀ ਲਿਖਦਾ ਸਕੂਲ 'ਚ ਪੜ੍ਹਦਾ 7ਵੀਂ ਕਲਾਸ 'ਚ ਤੇ ਜੇ ਉਹਨੇ ਚਾਵਲ ਵਗੈਰਾ ਖਾਣੇ ਨੇ ਉਹ ਵੀ ਪੈਰਾਂ ਨਾਲ ਖਾਂਦਾ ਬਾਕੀ ਇਹ ਬੱਚੇ ਦੀ ਮਦਰ ਹੈ ਜੀ। ਹਾਂਜੀ ਹਾਂਜੀ ਇਹ ਪਿੰਗਲਵਾੜੇ ਤੋਂ ਮੈਡਮ ਹੈ ਜੀ ਸ਼ੈਲੀ ਮੈਮ ਜਿਹੜੇ ਰਲ ਮਿਲ ਕੇ ਜੀ ਅਸੀਂ ਸਾਰੇ ਬੱਚੇ ਲਈ ਇਹ ਕੰਮ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਬੱਚਾ ਆਪਣੇ ਹੱਥੀਂ ਹੋਏ ਅਤੇ ਸਾਰੇ ਕੰਮ ਆਪਣੇ ਹੱਥੀਂ ਕਰ ਸਕੇ ਅਤੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਜ਼ਿਆਦਾ ਜ਼ਿਆਦਾ ਬੱਚੇ ਦੀ ਮਦਦ ਕਰੋ ਜੀ ਕਿਉਂਕਿ ਹੱਥ ਹੈਗੇ ਤਾਂ ਤਾਂ ਹੀ ਜਹਾਨ ਹੈ ਤਾਂ ਹੀ ਆਪਾਂ ਕੁਛ ਕਰ ਸਕਦੇ ਹਾਂ। ਬਾਕੀ ਆ ਸ਼ੈਲੀ ਮੈਡਮ ਜੀ ਹਾਂਜੀ ਪਿੰਗਲਵਾੜੇ ਤੋਂ ਜੀ। ਹਾਂਜੀ ਵੀਰ ਜੀ ਮੈਂ ਫਿਰੋਜ਼ਪੁਰ ਤੋਂ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਫਿਰੋਜ਼ਪੁਰ ਦਿਵਿਆਂਗ ਬੱਚਿਆਂ ਲਈ ਕੰਮ ਕਰ ਰਹੀ ਹਾਂ। ਜਿੰਨੀ ਵੀ ਮੇਰੇ ਕੋਲੋਂ ਸੇਵਾ ਹੁੰਦੀ ਹੈ ਬੰਦਾ ਹਿੱਸਾ ਮੈਂ ਆਪਣਾ ਇਸ ਸੇਵਾ ਦੇ ਵਿੱਚ ਪਾ ਰਹੀ ਹਾਂ ਔਰ ਆਪਣੀਆਂ ਮੁਸ਼ਕਿਲਾਂ ਲੈ ਕੇ ਅੱਜ ਰੱਬ ਰੂਪੀ ਵੀਰ ਕੋਲ ਪਹੁੰਚੀ ਹਾਂ। ਧੰਨਵਾਦ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਔਰ ਮੇਰੇ ਵਿਪੁਲ ਵੀਰੇ ਦਾ ਧੰਨਵਾਦ ਜਿਹੜਾ ਅੱਜ ਇੱਥੇ ਸਾਨੂੰ ਲੈ ਕੇ ਆਇਆ ਔਰ ਸਾਨੂੰ ਉਮੀਦ ਹੀ ਨਹੀਂ ਰੱਬ ਵਰਗਾ ਭਰੋਸਾ ਹੈ ਕਿ ਇਹ ਸਾਰੇ ਕੰਮ ਅੱਜ ਸਾਡੇ ਜੋ ਵੀ ਅਸੀਂ ਆਰੰਭੇ ਹੈ ਉਹ ਸਾਰੇ ਸਫਲ ਹੋ ਜਾਣਗੇ। ਧੰਨਵਾਦ ਜੀ ਧੰਨਵਾਦ ਸੰਗਤਾਂ ਦਾ।